ਜਿਵੇਂ ਸ਼੍ਰੀ ਨਵਯ ਗੁਰਜਾ ਗਰੁੱਪ ਸ਼ਾਹਕੋਟ ਵੱਲੋਂ ਗਰੁੱਪ ਦੇ ਸਰਪ੍ਰਸਤ ਮਨਜੀਤ ਕੁਮਾਰ ਦੇਦ ਅਤੇ ਗੌਰਵ ਮੈਸਨ ਦੀ ਅਗਵਾਈ 'ਚ ਬੱਬਰ ਫਾਰਮਸ ਨਵਾਂ ਕਿਲਾ ਰੋਡ ਸ਼ਾਹਕੋਟ ਵਿਖੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਬਹੁਤ ਹੀ ਜੋਸ਼ ਉਤਸ਼ਾਹ ਅਤੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਕੇ ਕਰਵਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਆਏ ਹੋਏ ਸਾਧਕਾਂ ਨੂੰ ਸੰਗੀਤ ਦੇ ਨਾਲ ਬਖਸ਼ੀਸ਼ ਸਿੰਘ ਮਠਾੜੂ ਅਤੇ ਪੁਰਸ਼ੋਤਮ ਪਾਸੀ ਨੇ ਕਸਰਤ ਕਰਵਾਈ। ਪ੍ਰੋਗਰਾਮ ਸਰਦਾਰ ਪਿਆਰਾ ਸਿੰਘ ਥਿੰਡ DSP ਸ਼ਾਹਕੋਟ ਅਤੇ ਯਸ਼ਪਾਲ ਗੁਪਤਾ ਚੇਅਰਮੈਨ ਮੰਡੀ ਕਮੇਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਪਰਮਜੀਤ ਕੌਰ ਬਜਾਜ ਵਾਈਸ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਬਿਕਰਮਜੀਤ ਸਿੰਘ ਬਜਾਜ ਅਮਨ ਮਲਹੋਤਰਾ ਸਮਾਜ ਸੇਵਕ, ਕੁਲਦੀਪ ਸਿੰਘ ਸੰਧੂ ਪ੍ਰਧਾਨ ਕੈਮਿਸਟ ਯੂਨੀਅਨ, ਮੰਗਤ ਰਾਏ ASI ਅਤੇ ਸੁਰਿੰਦਰਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਗਰੁੱਪ ਮੈਂਬਰਾਂ ਨੇ ਮੁੱਖ ਮਹਿਮਾਨ DSP ਪਿਆਰਾ ਸਿੰਘ ਥਿੰਨ ਨੂੰ ਨਾਲ ਲੈ ਕੇ ਭਗਤ ਸਿੰਘ ਦੀ ਤਸਵੀਰ ਤੇ ਫੁੱਲਾਂ ਵਾਲੀ ਮਾਲਾ ਪਹਿਨ ਕੇ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਬੇਰਿਸ ਗਲੋਬਲ ਡਿਸਕਵਰੀ ਸਕੂਲ ਮਲਸੀਆ ਦੇ ਪ੍ਰਿੰਸੀਪਲ ਵੰਦਨਾ ਧਵਨ ਨੇ ਬਹੁਤ ਹੀ ਖੂਬਸੂਰਤੀ ਨਾਲ ਦੇਸ਼ ਭਗਤੀ ਨਾਲ ਸੰਬੰਧਿਤ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ। ਇਸ ਮੌਕੇ ਆਏ ਹੋਏ ਸਾਰੇ ਸਾਧਕਾਂ ਨੂੰ ਸ਼ਿਬੂ ਵੱਲੋਂ ਲੰਗਰ ਇੰਚਾਰਜ ਦੀਪਕ ਗੋਇਲ ਦੀ ਅਗਵਾਈ ਹੇਠ ਆਯੁਰਵੈਦਿਕ ਦੇਸੀ ਚਾਹ ਅਤੇ ਆਯੁਰਵੈਦਿਕ ਪਕੌੜਿਆਂ ਦਾ ਲੰਗਰ ਛਕਾਇਆ ਗਿਆ। ਅਸੀਂ ਅੱਜ ਸਾਰਿਆਂ ਨੇ ਰਲ ਕੇ ਸ਼੍ਰੀ ਨਵਯੋਗ ਊਰਜਾ ਗਰੁੱਪ ਨੇ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਇਆ, ਜਿਸ ਦੇ ਵਿੱਚ ਸ਼ਹਿਰ ਦੇ ਭਾਰੀ ਇਕੱਠ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਵਿੱਚ DSP ਸਾਹਿਬ ਵੀ ਹਾਜ਼ਰ ਹੋਏ। ਸਾਡੇ ਵੱਲੋਂ ਭਗਤ ਸਿੰਘ ਨੂੰ ਸਲਾਮ, ਭਗਤ ਸਿੰਘ ਨੂੰ ਸਲਾਮ, ਜਿੰਦਾਬਾਦ ਸਰਦਾਰ ਭਗਤ ਸਿੰਘ, ਜਿੰਦਾਬਾਦ। ਜੈ ਸ਼੍ਰੀ ਰਾਮ। ਮੈਂ ਦੀਪਕ ਗੋਇਲ, ਮੈਂਬਰ ਸ਼੍ਰੀ ਨਵਯ ਊਰਜਾ ਗਰੁੱਪ ਸ਼ਾਹਕੋਟ। ਅੱਜ ਅਸੀਂ ਸ਼ਹੀਦ ਭਗਤ ਸਿੰਘ ਜੀ ਦਾ ਜਨਮਦਿਨ ਬੜੀ ਸ਼ਰਧਾਪੂਰਵਕ ਧੂਮਧਾਮ ਨਾਲ ਮਨਾਇਆ, ਜਿਸ ਦੇ ਵਿੱਚ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ, ਸ਼ਹਿਰ ਦੀ ਸੰਗਤ ਨੇ ਸਾਡਾ ਪੂਰਾ ਸਹਿਯੋਗ ਦਿੱਤਾ। ਇਹ ਪ੍ਰੋਗਰਾਮ ਦੇਸ਼ ਭਗਤੀ ਨੂੰ ਸਮਰਪਿਤ ਸਾਰੇ ਗਰੁੱਪ ਦੇ ਮੈਂਬਰਾਂ ਨੇ ਚਿੱਟੇ ਗੁਰਦੁਆਰੇ ਮੈਂ ਪਾ ਕੇ ਪੀੜੀਆਂ ਪੱਗਾਂ ਬੰਨ ਕੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਕੇ ਮਨਾਇਆ। ਇਸ ਪ੍ਰੋਗਰਾਮ ਵਿੱਚ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਆਏ, ਜਿਨ੍ਹਾਂ ਨੇ ਸਪੀਚ ਦਿੱਤੀ, ਭਗਤ ਸਿੰਘ ਦੇ ਬਾਰੇ ਨੌਲੇਜ ਦਿੱਤੀ ਸਾਨੂੰ। ਇਸ ਤੋਂ ਬਾਅਦ ਪ੍ਰੋਗਰਾਮ ਉਪਰੰਤ ਅਸੀਂ ਦੇਸੀ ਔਰਗੈਨਿਕ ਪਕੌੜੇ, ਔਰਗੈਨਿਕ ਚਾਹ, ਔਰਗੈਨਿਕ ਚਟਨੀ ਦਾ ਸਾਰੀ ਸੰਗਤ ਨੂੰ ਲੰਗਰ ਛਕਾਇਆ। ਅਸੀਂ ਤੁਹਾਡੇ ਸ਼ਹਿਰ ਵਾਸੀਆਂ ਦੇ ਵਿਸ਼ਵਾਸ ਹੋਣੇ, ਅਗਾਂਹ ਵੀ ਇਸੇ ਤਰ੍ਹਾਂ ਪ੍ਰੋਗਰਾਮ ਕਰਦੇ ਰਹਾਂਗੇ। ਸ਼੍ਰੀ ਨਵਯੋਗ ਊਰਜਾ ਗਰੁੱਪ ਸ਼ਾਹਕੋਟ ਵੱਲੋਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਬੱਬਰ ਫਾਰਮ ਦੇ ਮਾਲਕ ਮਨਜੀਤ ਸਿੰਘ ਲਾਡੀ ਜੀ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਬਹੁਤ ਹੀ ਉਤਸ਼ਾਹ, ਸ਼ਰਧਾ ਅਤੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਕੇ ਮਨਾਇਆ ਗਿਆ। ਇਸ ਸਮਾਗਮ ਵਿੱਚ ਸ਼੍ਰੀ ਯਸ਼ਪਾਲ ਗੁਪਤਾ ਜੀ, ਵਾਈਸ ਚੇਅਰਮੈਨ ਮੰਡੀ ਕਮੇਟੀ, ਸਾਡੇ ਬਹੁਤ ਸਤਿਕਾਰਯੋਗ DSP ਸਾਹਿਬ ਸਰਦਾਰ ਪਿਆਰਾ ਸਿੰਥ ਜੀ ਥਿੰਦ, ਉਹਨਾਂ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਸਾਧਕਾਂ ਨੂੰ ਪ੍ਰਿੰਸੀਪਲ ਵੰਦਨਾ ਮੈਡਮ ਨੇ ਬਹੁਤ ਹੀ ਦੇਸ਼ ਭਗਤੀ ਦੀਆਂ ਕੋਰੋਗ੍ਰਾਫੀਆਂ ਪੇਸ਼ ਕਰਾਈਆਂ। ਸਾਧਕਾਂ ਨੇ ਇਹਨਾਂ ਕੋਰੋਗ੍ਰਾਫੀ ਦਾ ਖੂਬ ਨੱਚ ਕੇ ਆਨੰਦ ਲਿਆ। ਸਾਰੇ ਸਾਧਕਾਂ ਦਾ ਅਸੀਂ ਆਪਣੇ ਗਰੁੱਪ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸ਼੍ਰੀ ਸ਼੍ਰੀ ਨਵੀਂ ਗੁਰਜਾ ਗਰੁੱਪ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਜੀ ਦਾ ਜਨਮਦਿਨ ਮਨਾਇਆ ਗਿਆ, ਜੋ ਕਿ ਅਗਲੇ ਹਫ਼ਤੇ ਹੈ। ਅਤੇ ਇਸ ਸਮਾਗਮ ਦੇ ਵਿੱਚ ਅੱਜ ਬਹੁਤ ਹੀ ਵਧੀਆ ਜਿੰਨੇ ਸਾਧਕ ਸੀਗੇ ਉਹਨਾਂ ਨੇ ਇੰਜੋਏ ਕੀਤਾ, ਕਿਉਂਕਿ ਇਹ ਜਿਹੜੇ ਮੇਲੇ ਆ ਸ਼ਹੀਦਾਂ ਦੀ ਜਿਹੜੀ ਚਿਤਾਵਾਂ 'ਤੇ ਲੱਗਦੇ ਹੁੰਦੇ ਆ, ਉਹ ਅਸੀਂ ਅੱਜ ਇੱਕ ਮੇਲੇ ਦੇ ਰੂਪ ਦੇ ਵਿੱਚ ਇਸ ਚੀਜ਼ ਨੂੰ ਮਨਾਇਆ ਅਤੇ ਜਸ਼ਨ ਮਨਾਇਆ ਕਿ ਭਗਤ ਸਿੰਘ ਜੀ ਨੇ ਸਾਨੂੰ ਆਜ਼ਾਦੀ ਦਿਲਵਾਈ। ਅਤੇ ਇਸ ਦੇ ਨਾਲ ਹੀ ਸਾਡੇ ਜਿੰਨੇ ਵੀ ਸਾਡੇ ਨਾਲ ਜੁੜੇ ਸੀ ਸਾਧਕ, ਉਹ ਬਹੁਤ ਹੀ ਖੁਸ਼ ਹੋ ਕੇ ਗਏ ਅੱਜ, ਕਿਉਂਕਿ ਅੱਜ ਉਹਨਾਂ ਨੇ ਬਹੁਤ ਆਨੰਦ ਮਾਣਿਆ ਆਪਣੀ ਇਸ ਆਜ਼ਾਦੀ ਦਾ, ਕਿਉਂਕਿ ਉੱਦਾਂ
ਅਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਹੋਣਾ ਸੀਗਾ, ਸੰਡੇ ਇੰਜੋਏ ਕਰਨਾ ਸੀ, ਪਰ ਇੱਥੇ ਆ ਕੇ ਜਦੋਂ ਆਪਾਂ ਇੱਕ ਦੂਸਰੇ ਦੇ ਨਾਲ ਮਿਲ ਕੇ ਸੰਡੇ ਇੰਜੋਏ ਕਰਦੇ ਹਾਂ, ਉਸ ਚੀਜ਼ ਦਾ ਮਜ਼ਾ ਹੀ ਕੁਛ ਹੋਰ ਹੁੰਦਾ ਹੈ। DSP ਸਰਦਾਰ ਪਿਆਰਾ ਸਿੰਘ ਜੀ ਸਾਡੇ ਨਾਲ ਸੀਗੇ, ਯਸ਼ਪਾਲ ਅੰਕਲ ਜੀ ਸਾਡੇ ਨਾਲ ਸੀਗੇ, ਜਿਨ੍ਹਾਂ ਨੇ ਬਹੁਤ ਵਧੀਆ ਸਾਨੂੰ ਅੱਛੇ ਤਰੀਕੇ ਨਾਲ ਸਾਨੂੰ ਆਸ਼ੀਰਵਾਦ ਦੇ ਕੇ ਸਾਨੂੰ ਹੋਰ ਇੱਦਾਂ ਦੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸੀਵਨ ਨਿਊਜ਼ ਦੇ ਲਈ ਸ਼ਾਹਕੋਟ ਤੋਂ ਆਜ਼ਾਦ ਸਚਦੇਵਾ ਦੀ ਰਿਪੋਰਟ।